ਸਾਡੇ ਲਈ ਗਵਾਹੀ ਇੱਧਰ ਸੁਣੋ ਉੱਧਰ ਪ੍ਰਾਰਥਨਾ ਕਰਨ ਲਓ। ਭੈਣ ਜੀ ਦੀ ਗਵਾਹੀ ਮੈਂ ਦੱਸ ਰਿਹਾ ਕਿ ਦੂਜੇ ਭੈਣ ਜੀ ਅੱਜ ਇਹਦੇ ਨਾਲ ਆਏ ਆ। ਇਹ ਭੈਣ ਫਸਟ ਵਾਲੀ ਆਏ ਆ ਭੈਣ ਸਰਬਜੀਤ ਹੁਣਾਂ ਦੇ ਨਾਲ। ਸੋ ਇਹਨਾਂ ਦੀ ਭੈਣ ਦੀ ਗਵਾਹੀ ਇਹ ਆ ਕਿ ਜਦੋਂ ਕੁਆਰੇ ਸੀਗੇ ਤਾਂ ਇਹਨਾਂ ਨੂੰ ਦੁਸ਼ਟ ਆਤਮਾ ਚੁਗਲੀ ਹੋਈ ਸੀਗੀ ਔਰ ਮਿਹਨਤੀ ਵੀ ਹੋ ਗਈ। ਮੈਂ ਨਹੀਂ ਉਹ ਤੋਂ ਬਾਅਦ ਆਪਣੇ ਸਹੁਰਿਆਂ ਦੇ ਘਰ ਵੀ ਚਲੇ ਗਏ। ਇਹ ਉੱਥੋਂ ਚੜ੍ਹਦੀ ਜਾਣ ਲੱਗ ਪਏ ਸਰਸੇ ਮਾਸਟਰ ਹੈ ਇੱਕ ਉਹਦੇ ਕੋਲ ਚੜ੍ਹਦੀ ਜਾਣਾ ਸ਼ੁਰੂ ਕਰ ਦਿੱਤਾ ਜਿਹਨਾਂ ਕੋਲ ਸਰਬਜੀਤ ਭੈਣ ਜੀ ਪਹਿਲਾਂ ਜਾਂਦੇ ਹੁੰਦੇ ਸੀਗੇ। ਸੋ ਇਹਨਾਂ ਨੇ ਜਦੋਂ ਚੜ੍ਹਦੀ ਜਾਣਾ ਸ਼ੁਰੂ ਕਰ ਦਿੱਤਾ ਉਹ ਭੈਣ ਦੱਸ ਰਹੀ ਜਦੋਂ ਭੈਣ ਨੂੰ ਜਗ੍ਹਾ ਕਿਤੇ ਖੇਡਣੀ ਚੜ੍ਹਦੇ ਵਿੱਚ ਖੇਡਣਾ ਉਹ ਮਾਸਟਰ ਨੇ ਕੀ ਕੀਤਾ ਪਹਿਲਾਂ ਤਾਂ ਕਹਿੰਦੇ ਕਿ ਸਾਡੇ ਥੱਪੜ ਮਾਰੇ ਮਾਸਟਰ ਨੇ ਦੋਸਤਾਂ ਦਮਾ ਕੱਢਦਾ ਸੀ ਥੱਪੜ ਮਾਰ ਕੇ। ਬਾਅਦ ਵਿੱਚ ਇੱਕ ਲੱਕੜ ਦੀ ਸਲੀਬ ਬਣਾਈ ਹੋਈ ਸੀਗੀ ਕਰੂਸ ਬਣਾਇਆ ਸੀਗਾ ਉਹ ਕਹਿੰਦੇ ਕਿ ਪੈਰਾਂ ਦੇ ਉੱਤੇ ਰੱਖ ਕੇ ਆਪ ਉੱਪਰ ਖੜਾ ਹੋ ਜਾਂਦਾ ਸੀਗਾ। ਔਰ ਭੈਣ ਜੀ ਦੱਸ ਰਹੀ ਕਿ ਮਾਸਟਰ ਵੀ ਕਹਿੰਦੀ ਇੱਕ ਕਮੰਟਰ ਦਾ ਵਾ ਔਰ ਭੈਣ ਦੀਆਂ ਉਂਗਲਾਂ ਵੀ ਤੋੜ ਦਿੱਤੀਆਂ ਉਂਗਲਾਂ ਫਿਸ ਗਈਆਂ। ਦੂਸਰਾ ਦਮਾ ਕੱਢਣ ਦਾ ਤਰੀਕਾ ਦੇਖੋ ਤੁਸੀਂ ਮਾਸਟਰ ਜੀ ਦਾ। ਔਰ ਭੈਣ ਦੱਸ ਰਹੀ ਕੁੱਟਮਾਰ ਵੀ ਕਹਿੰਦੀ ਬੜੀ ਕਰਦਾ ਸੀਗਾ ਮਾਸਟਰ। ਸੋ ਇਹਨਾਂ ਨੇ ਕੀ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਉਹ ਇਹਨਾਂ ਦੇ ਘਰ ਵੀ ਆਇਆ ਮਾਸਟਰ ਕਹਿੰਦੇ ਕਿ ਘਰੇ ਆ ਕੇ ਵੀ ਇਹਨਾਂ ਦੇ ਨਾਲ ਗਲਤ ਹਰਕਤ ਕਰਕੇ ਚਲਾ ਗਿਆ ਔਰ ਪਿੰਡਾਂ ਨੇ ਜਿਹੜਾ ਵਿਰੋਧ ਕੀਤਾ ਮਾਸਟਰ ਜੀ ਦਾ ਔਰ ਇਸ ਠੋਕਰ ਖਾ ਗਏ ਉਸ ਮਾਸਟਰ ਜੀ ਦੀ ਜੋ ਵੀ ਉਹ ਕੰਮ ਕਰ ਰਿਹਾ ਸੀਗਾ ਠੋਕਰ ਖਾ ਕੇ ਘਰੇ ਪੈ ਕੇ ਭੈਣ ਨੂੰ ਬੜਾ ਦੁੱਖ ਲੱਗਾ। ਇਹਨਾਂ ਨੇ ਕਿਹਾ ਕਿ ਨਹੀਂ ਮੈਂ ਭੈਣ ਨੂੰ ਜਿਹੜਾ ਪਿੱਛੇ ਨਹੀਂ ਹਟਣ ਦੇਣਾ ਇਹ ਪ੍ਰਭੂ ਨੂੰ ਜ਼ਰੂਰ ਜੇ ਮੰਨਦੀ ਹੈ ਤਾਂ ਇਹ ਮੰਨਦੀ ਰਹੂਗੀ। ਸੋ ਇਹ ਭੈਣ ਨੇ ਕੀ ਕੀਤਾ ਇਹਨਾਂ ਦੇ ਕੋਲ ਇਹਨਾਂ ਦਾ ਨੰਬਰ ਸੀਗਾ ਵਟਸਐਪ ਤੇ ਕਹਿੰਦੇ 6 ਮਹੀਨੇ ਕਹਿੰਦੀ ਮੈਨੂੰ ਲੱਗੇ ਇਹਨਾਂ ਦੇ ਨਾਲ ਮੈਂ 6 ਮਹੀਨਿਆਂ ਤੋਂ ਵਟਸਐਪ ਤੇ ਵੀਡੀਓ ਪਾ ਰਹੀ ਸੀਗੀ ਪਾਸਟਰ ਸ਼ਮੋਨ ਜੀ ਦੀਆਂ ਵੀਡੀਓ ਪਾ ਪਾ ਕੇ ਭੇਜਦੀ ਰਹੀ ਔਰ ਅੱਜ ਕਹਿੰਦੇ ਕਿ ਜਦੋਂ ਇਹਨਾਂ ਦਾ ਮਨ ਬਦਲਿਆ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਜਾਵਾਂਗੇ ਜਿੱਥੇ ਤੁਸੀਂ ਜਾਂਦੇ ਹਾਂ ਔਰ ਦੱਸ ਰਿਹਾ ਕਿ ਇਹ ਅੱਜ ਨਾਮ ਲੈ ਕੇ ਆਏ ਔਰ ਇਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੂੰ ਅੱਜ ਜਾਊਂਗੀ ਮੇਰੇ ਨਾਲ ਤਾਂ ਪ੍ਰਭੂ ਯਿਸੂ ਜੀ ਤੈਨੂੰ ਛੁਟਕਾਰਾ ਦੇਵੇਗਾ। ਔਰ ਤੁਸੀਂ ਸਭ ਜਾਣਦੇ ਕਿ ਜਿਹੜੇ ਬੈਠੇ ਸੀਗੇ ਭੈਣ ਸਵੇਰੇ ਉਹਦੀ ਇਸ ਜਗ੍ਹਾ ਤੇ ਖੇਡਣ ਲੱਗ ਪਈ ਜਦੋਂ ਆਰਾਧਨਾ ਸ਼ੁਰੂ ਹੋਈ ਔਰ ਪਤਾ ਨੀ ਦੱਸਾਂ ਨੇ ਜਦੋਂ ਪ੍ਰਾਰਥਨਾ ਕੀਤੀ ਅੱਜ ਛੁਟਕਾਰਾ ਜਿਹੜਾ ਪਾਇਆ ਇਹਨਾਂ ਨੇ। ਹਾਲੇਲੂਯਾ। ਔਰ ਭੈਣ ਜੀ ਇਹਨਾਂ ਦੇ ਹੱਥ ਵੀ ਇਹਨਾਂ ਦੇ ਨਾਲ ਆਏ ਆ ਔਰ ਬਿਲਕੁਲ ਭੈਣ ਠੀਕ ਆ। ਹਾਲੇਲੂਯਾ। ਇੱਥੇ ਦੀ ਕੋਈ ਛੁਟਕਾਰਾ ਪਾ ਲਈਆਂ ਤੁਹਾਡੇ ਬਸ ਦਵਾਈ ਕੀਤੀ ਅੱਜ ਛੁਟਕਾਰਾ ਪਾ ਲਿਆ। ਹਾਲੇਲੂਯਾ। ਕਿਉਂਕਿ ਬਹੁਤ ਸਾਰੇ ਸਾਡੇ ਪਾਸਟਰ ਇਸ ਤਰੀਕੇ ਨਾਲ ਹੈਗੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਗਲਤ ਸਿੱਖਿਆ ਦੇ ਦਿੰਦੇ ਆ। ਔਰ ਭੈਣ ਦੱਸ ਰਹੀ ਕਿ ਪੈਰਾਂ ਨਾਲ ਮੇਰੀ ਅੱਖ ਵੀ ਲਾਲ ਕਰ ਦਿੰਦਾ ਸੀਗਾ ਉਹ ਪਾਸਟਰ ਥੱਪੜ ਮਾਰ ਕੇ ਜਦੋਂ ਮੈਂ ਖੇਡਣਾ। ਔਰ ਕਲੂਸ ਲੱਕੜ ਦੀ ਬਣਾਈ ਆ ਦੇਖੋ ਨਵਾਂ ਤਰੀਕਾ ਪੈਰਾਂ ਦੇ ਉੱਤੇ ਕਲੂਸ ਰੱਖ ਕੇ ਤਾਂ ਆਪ ਉੱਥੇ ਖੜਾ ਹੋ ਜਾਂਦਾ ਸੀ ਪੈਰਾਂ ਦੀਆਂ ਚੀਕਾਂ ਕਢਾਉਣ ਇਹਦੇ ਨਾਲ। ਔਰ ਭੈਣ ਦੱਸ ਰਹੀ ਕਿ ਮੇਰੀ ਉਂਗਲਾਂ ਕਹਿੰਦੀ ਬਹੁਤ ਜ਼ਿਆਦਾ ਖਰਾਬ ਰਹੀਆਂ ਕਿਹੜਾ ਟਾਈਮ ਹਾਲੇ ਵੀ ਆ। ਔਰ ਅੱਜ ਪ੍ਰਭੂ ਯਿਸੂ ਜੀ ਨੇ ਆਜ਼ਾਦ ਕਰ ਦਿੱਤੇ ਇਹਨਾਂ ਨੂੰ।